ਇੱਥੇ ਵਾਰੀ ਵਾਰੀ ਆਉਂਦਾ, ਸਾਨੂੰ ਸਭ ਨੂੰ ਤੰਗ ਕਰਦਾ, ਪਰ ਜੋ ਇੱਥੇ ਬੋਲਦਾ ਸੀ ਮੈਂ ਇਹਨੂੰ ਬਾਹਰ ਜਾ ਕੇ ਮਾਰ ਦੇਣਾ, ਪਰ ਸਾਨੂੰ ਸੱਚ ਨਹੀਂ ਸੀ ਆਉਂਦਾ। ਮੇਰੇ ਹਸਬੈਂਡ ਨੂੰ ਕਹਿੰਦਾ ਸੀ ਆਪਣੇ ਵਾਲੀ ਨੂੰ ਇੱਧਰ ਮਾਰ ਦੇ, ਮੈਂ ਆਪਣੇ ਵਾਲੀ ਨੂੰ ਕਨੇਡਾ ਮਾਰੂੰਗਾ। ਮੌਤ ਦੀ ਸਜ਼ਾ ਮੌਤ, ਜਿਹੋ ਜਿਹੇ ਦਰਿੰਦਿਆਂ ਨੂੰ ਮੌਤ ਨਹੀਂ ਦਿੱਤੀ ਜਾਊਗੀ ਨਾ, ਧੀਆਂ ਭੈਣਾਂ ਹਰ ਕਿਸੇ ਦੀਆਂ ਇੱਦਾਂ ਹੀ ਮਰਨਗੀਆਂ। ਭੈਣ ਨੂੰ ਮਾਰਿਆ, ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਦਿਖਾਏ, ਮਾਂ ਨੂੰ ਦਿਖਾਇਆ ਵੀਡੀਓ ਕਾਲ 'ਤੇ, ਕੀ ਉਹਦੇ ਘਰ 'ਚ ਠੰਡ ਪਾਉਣਾ ਚਾਹੁੰਦਾ ਸੀ। ਪਤਨੀ ਨੇ ਪਤੀ ਨੂੰ ਕੈਨੇਡਾ ਬੁਲਾਇਆ ਅਤੇ ਫਿਰ ਪਤੀ ਨੇ ਉੱਥੇ ਜਾ ਕੇ ਪਤਨੀ ਦਾ ਕਤਲ ਕਰ ਦਿੱਤਾ, ਵੀਡੀਓ ਬਣਾਈ ਅਤੇ ਆਪਣੀ ਮਾਂ ਨੂੰ ਭੇਜ ਦਿੱਤੀ। ਇਹ ਗੰਭੀਰ ਇਲਜ਼ਾਮ ਲੱਗੇ ਨੇ ਜਗਪ੍ਰੀਤ ਨਾਮ ਦੇ ਇੱਕ ਸ਼ਖਸ 'ਤੇ, ਜਿਸਦਾ ਬਲਵਿੰਦਰ ਕੌਰ ਦੇ ਨਾਲ 2000 ਦੇ ਵਿੱਚ ਵਿਆਹ ਹੋਇਆ ਸੀ। ਉਸ ਤੋਂ ਬਾਅਦ ਦੋਵਾਂ ਨੇ ਆਪਣੀ ਬੇਟੀ ਨੂੰ ਸਾਲ 2020 ਦੇ ਵਿੱਚ ਕੈਨੇਡਾ ਭੇਜ ਦਿੱਤਾ, ਜਿਸ ਤੋਂ ਬਾਅਦ ਪਤਨੀ 'ਤੇ ਦਬਾਅ ਬਣਾਇਆ ਪਤੀ ਨੇ ਕਿ ਉਸਨੂੰ ਵੀ ਕੈਨੇਡਾ ਬੁਲਾਇਆ ਜਾਏ। 11 ਮਾਰਚ 2024 ਯਾਨੀ ਕਿ ਕੁਝ ਦਿਨ ਪਹਿਲਾਂ ਹੀ ਪਤੀ ਕੈਨੇਡਾ ਪਹੁੰਚਿਆ ਅਤੇ ਜਾ ਕੇ ਉੱਥੇ ਪਤਨੀ ਦਾ ਕਤਲ ਕਰ ਦਿੱਤਾ, ਫਿਰ ਉਸਨੇ ਵੀਡੀਓ ਬਣਾਈ ਅਤੇ ਆਪਣੀ ਮਾਂ ਨੂੰ ਭੇਜ ਦਿੱਤੀ। ਇਸ ਮਸਲੇ 'ਤੇ ਹੁਣ ਪਰਿਵਾਰ ਇਨਸਾਫ ਚਾਹੁੰਦਾ, ਇਲਜ਼ਾਮ ਲਗਾ ਰਿਹਾ ਕਿ ਪਹਿਲਾਂ ਵੀ ਇਹ ਸ਼ਖਸ ਉਹਨਾਂ ਦੀ ਬੇਟੀ ਬਲਵਿੰਦਰ ਕੌਰ ਨੂੰ ਲਗਾਤਾਰ ਤੰਗ ਪਰੇਸ਼ਾਨ ਕਰ ਰਿਹਾ ਸੀ। 41 ਸਾਲ ਦੀ ਬਲਵਿੰਦਰ ਕੌਰ ਦੇ 2 ਬੱਚੇ ਨੇ, ਉਹਨਾਂ ਨੇ ਆਪਣੀ ਬੇਟੀ ਨੂੰ ਕੈਨੇਡਾ ਭੇਜਿਆ, ਫਿਰ ਉਸਦੀ ਦੇਖਭਾਲ ਕਰਨ ਦੇ ਲਈ ਉਹ ਵੀ ਕੈਨੇਡਾ ਚਲੇ ਗਏ, ਪਰ ਇੱਧਰੋਂ ਜਗਪ੍ਰੀਤ 'ਤੇ ਇਲਜ਼ਾਮ ਨੇ ਕਿ ਉਹ ਵਾਰ ਵਾਰ ਦਬਾਅ ਬਣਾ ਰਿਹਾ ਸੀ ਕਿ ਕੈਨੇਡਾ ਬੁਲਾਇਆ ਜਾਏ, ਅਤੇ ਉਹ ਇੱਥੇ ਵੀ ਇਹੀ ਕਹਿੰਦਾ ਸੀ ਕਿ ਉਹ ਆਪਣੀ ਪਤਨੀ ਦਾ ਕਤਲ ਕਰ ਦਏਗਾ। ਇਹ ਗੰਭੀਰ ਇਲਜ਼ਾਮ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ, ਬਲਵਿੰਦਰ ਕੌਰ ਨੂੰ ਤੰਗ ਪਰੇਸ਼ਾਨ ਕਰਨ ਦੇ ਵੀ ਇਲਜ਼ਾਮ ਲੱਗੇ ਨੇ। ਅਤੇ ਇਹ ਕਹਿੰਦੇ ਸੀ ਵੀ ਸਾਨੂੰ ਜਲਦੀ ਬੁਲਾਓ, ਨਹੀਂ ਸੀ ਉਹ ਕਹਿੰਦੇ ਸੀ ਅਜੇ ਮੇਰੀ ਮਨੀ ਪ੍ਰੋਬਲਮ ਹੈ, ਮੈਂ ਨਹੀਂ ਬੁਲਾ ਸਕਦੀ। 2 ਵਾਰੀ ਇਹਨਾਂ ਦਾ ਲਾਇਆ ਵੀ, ਉਹ ਰਿਫਿਊਜ਼ਲ ਆ ਗਈ। ਜਦੋਂ ਰਿਫਿਊਜ਼ਲ ਆ ਜਾਂਦੀ ਆ, ਬਲੇਮ ਸਾਨੂੰ ਕਰਦੇ ਆ, ਮੇਰੇ ਫਾਦਰ ਸਾਹਿਬ ਨੂੰ ਕਰਦੇ ਆ, ਇਕੱਲੇ ਪਾਪਾ ਘਰ ਸੀ, ਕਈ ਵਾਰੀ ਸਾਡੇ ਘਰ ਵੀ ਆਏ ਇਹਨਾਂ 'ਤੇ ਅਟੈਕ ਕਰਨ। ਫਿਰ ਉਹਨਾਂ ਨੂੰ ਕਿਹਾ ਬਸ ਜਿੱਦਾਂ ਕੋਈ ਮੈਂਟਲੀ ਅਪਸੈਟ ਜਾਂ ਕੁਛ ਹੋਰ ਜਾਂ ਪਿੱਛੇ ਤੋਂ ਉਹਨੂੰ ਕਿਹਾ ਜਾ ਰਿਹਾ, ਫੋਰਸ ਕਰੀ ਜਾ ਰਿਹਾ ਵੀ ਤੂੰ ਆਹ ਕਰ ਆਹ ਕਰ, ਬਸ ਉਹ ਇੱਦਾਂ ਹੀ ਇੱਥੇ ਵਾਰੀ ਵਾਰੀ ਆਉਂਦਾ, ਸਾਨੂੰ ਸਭ ਨੂੰ ਤੰਗ ਕਰਦਾ, ਈਵਨ ਕਿ ਮੈਨੂੰ ਵੀ ਤੰਗ ਕਰਦਾ ਸੀ। ਮੇਰੇ ਸਹੁਰੇ ਘਰ ਵਾਲਿਆਂ ਨੂੰ ਵੀ ਫੋਨ ਕਰਕੇ ਬੋਲਦਾ ਸੀ, ਮੈਨੂੰ ਬੋਲਦਾ ਸੀ ਉੱਥੇ। ਕੀ ਨਾਮ ਸੀ ਉਹਦਾ? ਜਗਪ੍ਰੀਤ। ਪਰ ਜੋ ਇੱਥੇ ਬੋਲਦਾ ਸੀ ਮੈਂ ਇਹਨੂੰ ਬਾਹਰ ਜਾ ਕੇ ਮਾਰ ਦੇਣਾ, ਪਰ ਸਾਨੂੰ ਸੱਚ ਨਹੀਂ ਸੀ ਹੁੰਦਾ ਵੀ ਚਲੋ ਬੰਦਾ ਜੋ ਕਹਿੰਦਾ ਉਹ ਨਹੀਂ ਕਰਦਾ। ਪਰ ਉਹਨੇ ਉਹਦੇ ਮਨ ਵਿੱਚ ਉਹੀ ਗੱਲ ਰਹੀ ਜੋ ਉਹਨੇ ਇੱਧਰ ਕਿਹਾ ਉਹ ਜਾ ਕੇ ਕੀਤਾ। ਉਹ ਇਹੀ ਕਹਿੰਦਾ ਸੀ, ਉਹ ਮੈਨੂੰ ਵੀ ਕਹਿੰਦਾ ਸੀ, ਮੇਰੇ ਹਸਬੈਂਡ ਨੂੰ ਕਹਿੰਦਾ ਸੀ ਆਪਣੇ ਵਾਲੀ ਨੂੰ ਇੱਧਰ ਮਾਰ ਦੇ, ਮੈਂ ਆਪਣੇ ਵਾਲੀ ਨੂੰ ਕਨੇਡਾ ਮਾਰੂੰਗਾ। ਅੱਗੇ ਪਹਿਲਾਂ ਨਿਊਜ਼ ਆਈ ਆ, ਮੈਂ ਕੁਛ ਨਹੀਂ ਬੋਲਿਆ, ਖੁੱਲ੍ਹ ਕੇ ਨਹੀਂ ਬੋਲਿਆ, ਮੈਂ ਨਹੀਂ ਸਾਰਾ ਕੁਛ ਮੈਂ ਚੁੱਪ ਕਰਨਾ ਚਾਹੁੰਦੀ ਹੁਣ, ਜਦੋਂ ਮੈਨੂੰ ਹੀ ਬਲੇਮ ਕਰੀ ਜਾ ਰਿਹਾ। ਪਰ ਮੈਂ ਹੁਣ ਚੁੱਪ ਨਹੀਂ ਬਹਿੰਦੀ, ਮੈਂ ਚੁੱਪ ਨਹੀਂ ਬੈਠਣਾ। ਉਹ ਬੰਦੇ ਨੇ ਬੇਰਹਿਮੀ ਦੇ ਨਾਲ ਮਾਰਿਆ, ਨਹੀਂ ਸੀ ਬਣਦੀ ਮੀਆਂ ਬੀਬੀ ਦੀ, ਨਹੀਂ ਬਣਦੀ, ਡਿਵੋਰਸ ਦੇ ਦਿੰਦਾ, ਅਲੱਗ ਵੀ ਨਹੀਂ ਸੀ ਰਹਿਣ ਦਿੰਦਾ। ਉਹਨੇ ਕਿਹਾ ਵੀ ਤੂੰ ਮੇਰੇ ਤੇਰੀ ਮੇਰੀ ਨਹੀਂ ਬਣਦੀ, ਆਪਾਂ ਅਲੱਗ ਰਹਿੰਦੇ। ਨਹੀਂ ਜੀ, ਅਲੱਗ ਵੀ ਨਹੀਂ ਰਹਿਣ ਦੇਣਾ, ਕਿਸੇ ਨੂੰ ਕਿਸੇ ਦੀ ਜ਼ਿੰਦਗੀ ਜਾਂ ਮੌਤ ਲੈਣ ਦਾ ਕੋਈ ਹੱਕ ਨਹੀਂ ਹੈਗਾ। ਉਹਨੇ ਕਿਉਂ ਮਾਰਿਆ, ਬਸ ਸਾਨੂੰ ਇਹ ਸਮਝ ਨਹੀਂ ਆਉਂਦੀ। ਜੇ ਹੁਣ ਉਹਨੇ ਮਾਰਿਆ ਨਹੀਂ, ਬੇਰਹਿਮੀ ਨੇ ਕਤਲ ਕੀਤਾ, ਮੇਰੀ ਬਾਹਰਲੀ ਸਰਕਾਰ ਨੂੰ ਵੀ ਇਹੀ ਅਪੀਲ ਆ, ਇੱਧਰ ਵੀ ਇਹੀ ਅਪੀਲ ਆ, ਮੌਤ ਦੀ ਸਜ਼ਾ ਮੌਤ, ਜਿਹੋ ਜਿਹੇ ਦਰਿੰਦਿਆਂ ਨੂੰ ਮੌਤ ਨਹੀਂ ਦਿੱਤੀ ਜਾਊਗੀ ਨਾ, ਧੀਆਂ ਭੈਣਾਂ ਹਰ ਕਿਸੇ ਦੀਆਂ ਇੱਦਾਂ ਹੀ ਮਰਨਗੀਆਂ। ਅੱਜ ਮੇਰੀ ਭੈਣ ਨਾਲ ਹੋਇਆ, ਸਾਡੀ ਧੀ ਨਾਲ, ਤਕੈਕਾਂ ਨੂੰ ਤੁਹਾਡੀਆਂ ਨਾਲ ਵੀ ਹੋ ਸਕਦਾ। ਜਿਹੜੇ ਲੋਕ ਫੇਸਬੁੱਕ 'ਤੇ ਕਿਸੇ 'ਤੇ ਵੀ ਵਟਸਐਪ 'ਤੇ ਕਮੈਂਟ ਕਰਦੇ ਆ ਮਰ ਗਈ, ਗੰਦ ਖਤਮ ਹੋ ਗਿਆ, ਕੋਈ ਨਾ, ਇਹ ਕਿਸੇ ਨਾ ਕਿਸੇ ਟਾਈਮ ਸਾਡੀ ਜਗ੍ਹਾ ਤੁਸੀਂ ਵੀ ਖੜ੍ਹੇ ਹੋਵੋਗੇ, ਜੇ ਇੱਦਾਂ ਹੀ ਸਾਥ ਦਿਓਗੇ, ਜੇ ਇੱਦਾਂ ਹੀ ਬੋਲੋਗੇ। ਮੈਨੂੰ ਹੁਣ ਕੋਈ ਡਰ ਨਹੀਂ, ਜਿਹਨੇ ਮੈਨੂੰ ਮਾਰਨਾ ਮੈਨੂੰ ਵੀ ਮਾਰ ਦਿਓ, ਜੇ ਕਿਸੇ ਨੂੰ ਦੁੱਖ ਲੱਗਿਆ ਮੇਰੇ ਕੋਲ ਖੁਦ ਆਵੋ, ਮੈਂ ਇਕੱਲੀ ਹਾਂ, ਮੇਰੇ ਅੱਗੇ ਪਿੱਛੇ ਕੋਈ ਨਹੀਂ, ਮੇਰੇ ਪਾਪਾ ਇਕੱਲੇ ਨੇ। ਹੁਣ ਅਸੀਂ ਡਰਦੇ, ਜੇ ਸਾਡੇ ਸੱਚ ਨੂੰ ਦਬਾਓਗੇ ਵੀ
ਮੇਰੇ ਕੋਲੋਂ ਜੋ ਹੋਊਗਾ ਮੈਂ ਤਾਂ ਉਹ ਕਰੂੰਗੀ। ਜੋ ਕਾਨੂੰਨ ਆ ਉਹਨੂੰ ਫਾਂਸੀ ਹੋਣੀ ਚਾਹੀਦੀ ਆ। ਸਾਡੀ ਭੈਣ ਮਾਰੀ ਆ, ਸਾਡੇ ਘਰ ਦੀ ਧੀ ਮਰੀ ਆ, ਉਹਨਾਂ ਦੇ ਘਰ ਦਾ ਵੀ ਪੁੱਤ ਮਰਨਾ ਚਾਹੀਦਾ। ਪਤਾ ਲੱਗੂ, ਜੋ ਸਾਨੂੰ ਦੁੱਖ ਲੱਗਿਆ ਉਹਦੇ ਮਾਂ ਨੂੰ ਵੀ ਦੁੱਖ ਲੱਗੂ। ਇੱਕ ਵਾਰੀ ਸਾਨੂੰ ਫੋਨ ਕਰਕੇ ਨਹੀਂ ਪੁੱਛਿਆ, ਸਾਡੀ ਭੈਣ ਨੂੰ ਮਾਰਿਆ, ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਦਿਖਾਇਆ, ਮਾਂ ਨੂੰ ਦਿਖਾਇਆ ਵੀਡੀਓ ਕਾਲ 'ਤੇ। ਕੀ ਉਹਦੇ ਕਾਲ 'ਚ ਠੰਡ ਪਾਉਣਾ ਚਾਹੁੰਦਾ ਸੀ? ਕੀ ਉਹਨਾਂ ਨੇ ਇਹੀ ਉਹਨੂੰ ਸਿਖਾ ਕੇ ਭੇਜਿਆ ਸੀ? ਪਿੱਛੇ ਬੱਚਿਆਂ ਨੂੰ ਵੀ ਸਿਖਾ ਕੇ ਸਾਨੂੰ ਬੁਲਾਉਂਦੇ ਆ, ਕਿਉਂ ਬੁਲਾਉਂਦੇ ਨੇ? ਨਿਊਜ਼ ਆਉਂਦੀ ਹੈ, ਜੇ ਤੁਸੀਂ ਕ੍ਰਾਈਮ ਕੀਤਾ ਤਾਂ ਨਿਊਜ਼ ਆਊਗੀ, ਨਾ ਕਰਦੇ ਨਾ ਦਬਾ ਲੈਂਦੇ। ਸਰ ਇਹਨਾਂ ਦੀ ਬੇਟੀ ਉੱਥੇ ਵਿਆਹੀ ਵੀ ਸੀ ਲੁਧਿਆਣੇ, ਅਤੇ ਉਹਦੀ ਬੇਟੀ ਕੈਨੇਡਾ ਚਲੀ ਗਈ ਸੀ, ਉਹਨਾਂ ਦੀ ਮਾਂ ਨੂੰ ਬੁਲਾ ਲਿਆ ਸੀ, ਕੋਈ ਉਹਨੂੰ ਪ੍ਰੋਬਲਮ ਸੀਗੀ। ਹੁਣ 5 ਕੁ ਦਿਨ ਹੋਏ ਆ ਵੀ ਇਹਨਾਂ ਦੇ ਜਵਾਈ ਗਏ ਸੀ ਉੱਥੇ, ਅਤੇ ਰੱਬ ਜਾਣੇ ਉਹਨਾਂ ਦੇ ਘਰ ਕੀ ਹੋਇਆ ਕੀ ਨਹੀਂ ਹੋਇਆ। ਅਤੇ ਉਹਨਾਂ ਨੇ ਜਾ ਕੇ ਇਹਦੀ ਬੇਟੀ ਦਾ ਕਤਲ ਕਰਕੇ ਆਪਦੀ ਮਾਂ ਨੂੰ ਵੀਡੀਓ ਪਾ ਤੀ ਵੀ ਆਹ ਕੁਛ ਹੋਇਆ ਹੋਣਾ, ਵਾਅਦਾ ਕਰਕੇ ਗਿਆ ਹੋਣਾ, ਜਿਵੇਂ ਮਤਲਬ ਵੀ ਕਹਿ ਕੇ ਗਿਆ ਹੋਣਾ, ਜਿਵੇਂ ਇਹ ਦੱਸ ਰਹੇ ਆ ਵੀ ਵੀਡੀਓ ਪਾ ਤੀ, ਉੱਥੋਂ ਇਹਨਾਂ ਨੂੰ ਪਤਾ ਲੱਗਿਆ। ਪਰ ਇਹ ਜਿਹੜਾ ਗਰੀਬ ਪਰਿਵਾਰ ਆ, ਆਪਦੀ ਮਸਾਂ ਰੋਜ਼ੀ ਰੋਟੀ ਤੋਰਦੇ ਆ, ਅਤੇ ਇਹਨਾਂ ਨੇ ਅੱਜ ਤੱਕ ਅਜੇ ਦਰਖਾਸਤ ਵੀ ਦਿੱਤੀ ਨਹੀਂ, ਥਾਣੇ ਵੀ ਰਿਪੋਰਟ ਨਹੀਂ ਕੀਤੀ। ਪਰ ਇਹਨਾਂ ਨੂੰ ਇੰਨਾ ਕੁ ਟੋਰਚਰ ਕਰ ਰਿਹਾ, ਜਿਵੇਂ ਦਬਾਉਣ ਦੀ ਗੱਲ ਤੁਸੀਂ ਬੋਲੋ ਨਾ ਜਾਂ ਐਂ ਕਰੋ। ਪਰ ਅਸੀਂ ਕਹਿੰਦੇ ਹਾਂ ਵੀ ਸਰਕਾਰਾਂ ਅੱਗੇ, ਦੋਨਾਂ ਸਰਕਾਰਾਂ ਅੱਗੇ ਬੇਨਤੀ ਕਰਦੇ ਹਾਂ ਵੀ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ,